اعوذ باللہ من الشیطان الرجیم بسم اللہ الرحمن الرحیم اے حبیب بجدار ہے اللہ تو تے نہ آکھے لگ بے مانا تے منافقاں دے اللہ ضرور سب کچھ جاندا ہے حکمتاں والا تے تر او اس حکم تے جو اتر دے تیرے وال تیرے رب دی طرفوں اللہ نو ضرور خبر ہے جو کر دیو تے بھروسہ رکھ اللہ اوتے تے بتیرے اللہ کام بنان جوگا ਨਹੀਂ ਬਣਾਇਆ ਅੱਲਾ ਨੇ ਕਿਸੇ ਮਰਦ ਦੇ ਦੋ ਦਿਲ ਅੰਦਰ ਉਹਦੇ ਤੜ ਦੇ ਤੇ ਨਹੀਂ ਬਣਾਈਆਂ ਬੀਵੀਆਂ ਤੁਸਾਂ ਦੀਆਂ ਸੱਚ ਮੁੱਚ ਦੀਆਂ ਮਾਵਾਂ ਤੁਸਾਡੀਆਂ ਜਿਨ੍ਹਾਂ ਨੂੰ ਮਾਵਾਂ ਆਖ ਬੈਠਦੇ ਹੋ ਤੇ ਨਹੀਂ ਬਣਾਏ ਪਾਲਕ ਤੁਸਾਂ ਦੇ ਪੁੱਤਰ ਤੁਹਾਡੇ ਇਹ ਜੇ ਗਲਤ ਤੁਸਾਂ ਦੀ ਆਪਣੇ ਮੂੰਹਾਂ ਨਾਲ ਤੇ ਅੱਲਾ ਆਖਦਾ ਹੈ ਸੱਚ ਤੇ ਉਹ ਦੱਸਦਾ ਹੈ ਰਾਹ ਬੁਲਾਓ ਪਾਲਕਾਂ ਨੂੰ ਉਹਨਾਂ ਦੇ ਪਿਓਾਂ ਦਾ ਆਖ ਕੇ ਇਹ ਪੂਰਾ ਇਨਸਾਫ ਹੈ ਨਜ਼ਦੀਕ ਅੱਲਾ ਦੇ ਫਿਰ ਜੇ ਨਾ ਜਾਣਦੇ ਹੋਵੋ ਉਹਨਾਂ ਦੇ ਪਿਓ ਨੂੰ ਤਾਂ ਭਰਾ ਨੇ ਤੁਹਾਡੇ دین ਵਿੱਚ ਤਿਆਰ ਨੇ ਤੁਹਾਡੇ ਤੇ ਨਹੀਂ ਹੈ ਤੁਹਾਡੇ ਸਿਰ ਕੋਈ ਗੁਨਾਹ ਜਿਸ ਗੱਲ ਵਿੱਚ ਤੁਸੀਂ ਉੱਕ ਗਏ ਪਰ ਜੋ ਨੀਅਤ ਕੀਤੀ ਤੁਹਾਡੇ ਦਿਲਾਂ ਨੇ ਤੇ ਹੈ ਅੱਲਾ ਬਖਸ਼ਨਾਰ ਮਿਹਰਬਾਨ ਪੈਗੰਬਰ ਵਜੇਰਾ ਨੇੜੇ ਹੋਈ ਇਮਾਨਦਾਰਾਂ ਨੂੰ ਉਹਨਾਂ ਦੀਆਂ ਜਾਨਾਂ ਨਾਲੋਂ ਤੇ ਬੀਵੀਆਂ ਉਹਦੀਆਂ ਮਾਵਾਂ ਨੇ ਉਹਨਾਂ ਦੀਆਂ ਇਸ ਸਾਕੇਦਾਰ ਇੱਕ ਦੂਜੇ ਤੋਂ ਵਧੇਰੇ ਨੇੜਿਓਂ ਨੇ ਅੱਲਾਹ ਦੇ ਲਿਖੇ ਵਿੱਚ ਹੋਰ ਹੀ ਇਮਾਨਦਾਰਾਂ ਸੇ ਬਤਨ ਛੱਡਣ ਵਾਲਿਆਂ ਨਾਲੋਂ ਪਰ ਇਹ ਜੋ ਕਰੋ ਆਪਣਿਆਂ ਨਾਲ ਨੇਕ ਸੁਲੂਕ ਇਹ ਹੈ ਗੱਲ ਕਿਤਾਬ ਵਿੱਚ ਲਿਖੀ ਹੋਈ ਜਦ ਲਿਆ ਅਸਾਂ ਪੈਗੰਬਰਾਂ ਤੋਂ ਇਕਰਾਰ ਹੋਣਾਂ ਦਾ ਤੇ ਤਹਿਤ ਹੋ ਤੈ ਨੂ ਤੇ ਇਬਰਾਹੀਮ ਤੇ موسی ਤੇ ঈਸਾ ਮਰੀਮ ਦੇ ਪੁੱਤਰ ਤੋਂ ਤੇ ਲਿਆ ਅਸਾਂ ਉਹਨਾਂ ਸਾਰਿਆਂ ਤੋਂ ਇਕਰਾਰ ਪੱਕਾ ਤਾਂ ਪੁੱਛੇ ਅੱਲਾਹ ਸੱਚਾ ਨੂੰ ਸੱਚ ਉਹਨਾਂ ਦਾ ਤੇ ਤਿਆਰ ਕੀਤੀ ਸੂ ਬੇਈਮਾਨਾਂ ਲਈ ਦੁੱਖ ਦੀ ਮਾਰ ਐਈ ਇਮਾਨ ਵਾਲਿਓ ਯਾਦ ਕਰੋ ਇਹਸਾਨ ਅੱਲਾ ਦਾ ਆਪਣੇ ਉੱਤੇ ਜਦ ਆਈਆਂ ਤੁਸਾਂ ਉੱਤੇ ਫੌਜਾਂ ਫਿਰ ਭੇਜੀ ਅਸਾਂ ਹੁਣ ਉੱਤੇ ਹਵਾ ਤੇ ਫੌਜਾਂ ਜਿਹੜੀਆਂ ਤੁਸੀਂ ਨਹੀਂ ਦੇਖੀਆਂ ਤੇ ਅੱਲਾ ਦੇਖਦਾ ਜੋ ਕਰਦੇ ਹੋ ਦੁਸ਼ਮਣ ਜਦ ਆਗੇ ਤੁਸਾਂ ਉੱਤੇ ਤੁਹਾਡੇ ਉਤਾਰੋਂ ਤੇ ਤੁਸਾਂ ਦੇ ਠਾਰੋਂ ਤੇ ਜਦ ਪਾਉ ਗਈਆਂ ਅੱਖੀਆਂ ਖੌਫ ਭਾਰੋਂ ਤੇ ਪਹੁੰਚ ਕੇ ਦਿਲ ਸੰਗਾ ਤੱਕ ਤੇ ਜਨ ਕਰਨ ਲਗੇ ਤੁਸੀਂ ਅੱਲਾਹ ਉਤੇ ਕਈ ਤਰ੍ਹਾਂ ਦੇ ਜਨ ਉਥੇ ਪਰਖੇਗੇ ਉਹ ਨਹੀਂ ਇਮਾਨ ਵਾਲੇ ਤੇ ਚੂਨੇਗੇ ਸਖਤ ਚੂਣੀਆਂ ਜਾਣਾ ਯਾਦ ਕਰੋ ਉਹ ਵੇਲਾ ਜਦ ਮਨਾਫਕ ਲੋਕੀ ਤੇ ਉਹ ਸਾਰੇ ਜਿਨ੍ਹਾਂ ਦੇ ਦਿਲਾਂ ਵਿੱਚ ਰੋਗ ਹੈ ਆਖਣ ਲਗੇ ਸਾਨੂੰ ਅੱਲਾਹ ਤੇ ਉਹਦੇ ਪੈਗੰਬਰ ਨੇ ਫਰੀਅਬ ਦੇ ਸਵਾ ਕੋਈ ਵਾਦਾ ਨਹੀਂ ਸੀ ਦਿੱਤਾ ਤੇ ਜਦ ਆਖਿਆ ਇੱਕ ਟੋਲੇ ਨੇ ਉਹਨਾਂ ਵਿੱਚੋਂ ਐ ਮਦੀਨੇ ਵਾਲਿਓ ਖਲੋਣ ਦਾ ਥਾਂ ਨਹੀਂ ਤੁਸਾਂ ਜੋਗਾ ਸੋ ਮੁਰ ਚਲੋ ਤੇ ਛੁੱਟੀ ਮੰਗਦਾ ਇੱਕ ਟੋਲਾ ਉਹਨਾਂ ਵਿੱਚੋਂ ਪੈਗੰਬਰ ਤੋਂ ਆਖਦੇ ਨੇ ਸਾਡੇ ਘਰ ਸੁੰਝੇ ਨੇ ਤੇ ਨਹੀਂ ਉਹ ਸੁੰਝੇ ਦਰਅਸਲ ਨਹੀਂ ਚਾਹੁੰਦੇ ਨੇ ਪਰ ਨਸਣਾ ਤੇ ਜੇ ਫੌਜਾਂ ਵੜ ਆਉਂਦੀਆਂ ਇਹਨਾਂ ਉੱਤੇ ਸ਼ਹਿਰ ਦੇ ਕਿਨਾਰੇਆਂ ਤੋਂ ਫਿਰ ਸਵਾਲ ਪੈੰਦੋ ਨੇ ਫਿਤਨੇ ਵਿੱਚ ਸ਼ਰੀਕ ਹੋਣ ਦਾ ਤਾਂ ਲੈ ਮਿਲਦੇ ਇਹ ਗੱਲ ਤੇ ਦੇਰ ਨਾ ਕਰਦੇ ਇਸ ਵਿੱਚ ਪਰ ਥੋੜੀ ਤੇ ਜ਼ਰੂਰ ਇਕਰਾਰ ਕਰ ਚੁੱਕੇ ਸਨ ਅੱਲਾ ਨਾਲੇ ਦੋ ਪਹਿਲੇ پائی نہ پھیرن گے پٹھا تے اللہ دے اقرار دی پوچھ ہونی ہے حبیب تسی آکھو نہ نفع دے گا تو انو نسنا جے نسو گے مرنے یا مارے جانے تو تے تاد پھال نہ پاؤ گے پر تھوڑا آکھو کون ہو گڑا بچاوے تو انو اللہ تو جے چاہے تو انو دکھ دینا یا چاہے تو ساں اتے کرنی تے نہ ملے گا اپنے واسطے سوا اللہ دے کوئی ہمیتی تے نہ مددگار ضرور جاندہ اللہ اٹکا رکھن والے انو ਤੁਸਾਂ ਵੀ ਚਉ ਤੇ ਆਖਣ ਵਾਲਿਆਂ ਨੂੰ ਆਪਣੇ ਭਰਾਵਾਂ ਨੂੰ ਚਲਿਆਓ ਸਾਡੇ ਵੱਲ ਤੇ ਆਪ ਨਹੀਂ ਆਉਂਦੇ ਲੜਾਈ ਵਿੱਚ ਪਰ ਥੋੜਾ ਦ੍ਰਿਸ਼ ਕਰਕੇ ਤੁਸਾਂ ਤੋਂ ਫਿਰ ਜਦ ਆਵੇ ਖੌਫ ਦਾ ਵਕਤ ਵੇਖੇ ਤੂੰ ਉਹਨਾਂ ਨੂੰ ਤੱਕਦੇ ਨੇ ਤੇਰੇ ਵੱਲ ਭੌਂਦੇ ਨੇ ਡੇਲੇ ਉਹਨਾਂ ਦੇ ਉਹਦੇ ਵਾਂਗੂ ਜਿਸ ਉੱਤੇ ਗੱਸ਼ ਪੈਂਦਾ ਮੌਤ ਨਾਲ ਫਿਰ ਜਦ ਜਾਂਦਾ ਰਹੇ ਖੌਫ ਚਿਰਚਿਰ ਕਰਕੇ ਬੋਲਦੇ ਨੇ ਤੁਸਾਂ ਉੱਤੇ ਤਰੀਖੀਆਂ ਜ਼ਬਾਨਾਂ ਨਾਲ ਲਾਲਚ ਕਰਕੇ ਮਾਲ ਉੱਤੇ ਇਹਨਾਂ ਨਹੀਂ ਮੰਨਿਆ پھر اگت گمائیاں اللہ نے کمائیاں انہوں دیاں، تے ہے کم اللہ کے سوکھا اے سمجھتے ہیں حملہ کرنے والی فوجاں چلیاں نہیں گئیاں اجے تے جے پھر آ جان فوجاں تا دل چانے پئی کسی طرح وہ باہر گئے ہوں پنڈا میں تے پوچھیا کر دے خبر تھوڑی تے جے ہوں تسا کو لڑائی بچ کاٹی حصہ لین تسا نہیں ضرور چنگی ہے کرنا پیر بھی اللہ دے رسول دی ਉਹਦੇ ਲਈ ਜਿਹੜਾ ਉਮੀਦ ਰੱਖਦਾ ਹੈ ਅੱਲਾ ਦੇ ਸਵਾਬ ਦੀ ਤੇ ਦਿਨ ਆਖਰਤ ਦੀ ਤੇ ਯਾਦ ਕਰਨਾ ਅੱਲਾ ਨੂੰ ਬਹੁਤ ਤੇ ਜਦ ਵੇਖਿਆ ਸੱਚੇ ਇਮਾਨਦਾਰਾਂ ਨੇ ਦੁਸ਼ਮਣ ਦੀਆਂ ਫੌਜਾਂ ਆਖਿਓ ਨੇ ਇਹੋ ਜਿਹਾ ਵਾਦਾ ਦਿੱਤਾ ਸੀ ਸਾਨੂੰ ਅੱਲਾ ਤੇ ਉਹਦੇ ਪੈਗੰਬਰ ਨੇ ਤੇ ਸੱਚ ਆਖਿਆ ਅੱਲਾ ਤੇ ਉਹਦੇ ਪੈਗੰਬਰ ਨੇ ਤੇ ਨਾ ਵਧਾਇਆ ਉਹਨਾਂ ਦਾ ਪਰ ਇਮਾਨ ਤੇ ਕਬੂਲ ਕਰਨਾ ਇਮਾਨਦਾਰਾਂ ਵਿੱਚੋਂ ਉਹ ਲੋਕ ਨੇ ਜਿਨ੍ਹਾਂ ਸੱਚ ਕਰ ਬਖਾਇਆ ਜੋ ਇਕਰਾਰ ਕੀਤਾ ਸਣੇ ਅੱਲਾ ਨਾਲ پھر اونا بچوں ہے جڑا پوری کر چکا اللہ دے راہ بچ شہید ہون دی سکھنا اپنی تے اونا بچوں نے جڑا اجے اڈیک دا ہے تے بدلیا نہیں نئے ذرا بدلنا اے سب ایس واسطے ہویا تاں بدلا دے اللہ سچے نو اونا دے ساچ دا تے عذاب کرے منافقہ نو جے چائے یا توبہ پائے اونا دے دلہ مچ اللہ ضرور ہے بخشنار میربان ਜੇ ਰੱਦ ਕੀਤਾ ਅੱਲਾ ਨੇ ਬੇਈਮਾਨਾਂ ਨੂੰ ਸਮੇਤ ਉਹਨਾਂ ਦੇ ਜੀ ਸੜਨੇ ਦੇ ਹੱਥ ਨਾ ਲੱਗੋ ਜੇ ਕੁਝ ਬਲਾਈ ਤੇ ਆਪ ਸੰਭਾਲ ਲਈ ਅੱਲਾ ਨੇ ਇਮਾਨਦਾਰਾਂ ਦੀ ਤਰਫੋਂ ਲੜਾਈ ਤੇ ਹੈ ਅੱਲਾ ਜ਼ੋਰ ਆਵਰ ਜ਼ਬਰਦਸਤ ਤੇ ਉਤਾਰ ਦਿੱਤਾ ਉਹਨਾਂ ਨੂੰ ਉਹਨਾਂ ਦੇ ਕਿਲਿਆਂ ਤੋਂ ਜਿੰਨਾ ਮਦਦ ਕੀਤੀ ਸੀ ਦੁਸ਼ਮਣ ਦੀਆਂ ਫੌਜਾਂ ਦੀ ਕਿਤਾਬ ਵਾਲਿਆਂ ਵਿੱਚੋਂ ਤੇ ਪਾ ਦਿੱਤੀ ਉਹਨਾਂ ਦੇ ਦਿਲਾਂ ਵਿੱਚ ਅਜਿਹੀ دہشت ਜੀ ਇੱਕ ਟੋਲੇ ਨੂੰ ਅੱਜ ਤੁਸੀਂ ਜਾਨੋਂ ਮਾਰਦੇ ਹੋ ਤੇ ਕੈਦ ਕਰਦੇ ਹੋ ਦੂਸਰੇ ਟੋਲੇ ਨੂੰ ਤੇ ਵਾਰਸ ਕਰ ਦਿੱਤਾ ਤੁਹਾਨੂੰ ਉਹਨਾਂ ਦੀ ਜ਼ਮੀਨ ਦਾ ਤੇ ਉਹਨਾਂ ਦੇ ਘਰਾਂ ਦਾ ਤੇ ਉਹਨਾਂ ਦੇ ਮਾਲਾਂ ਦਾ ਤੇ ਉਸ ਜ਼ਮੀਨ ਦਾ ਜਿਸ ਉੱਤੇ ਤੁਸੀਂ ਕਦੇ ਪੈਰ ਨਹੀਂ ਧਰਿਆ ਸੀ ਤੇ ਹੈ ਅੱਲਾ ਦਾ ਹਰ ਕਾਸੇ ਉੱਤੇ ਵਾਸ ਚੱਲਦਾ اے ਹਬੀਬ ਆਪਣੀਆਂ ਬੀਵੀਆਂ ਨੂੰ ਆਖਦੇ ਹਾਂ ਜੇ ਤੁਸੀਂ ਜੂਣਾ ਦੁਨੀਆ ਤੇ ਸ਼ਿੰਗਾਰ ਹੋਰ ਤਾਂ ਚਾਹਂਦੀਆਂ ਹੋ ਤਾਂ ਆਓ ਮੈਂ ਤੋੜ ਦਿਆਂ ਤੁਹਾਨੂੰ ਤੇ ਸੋਹਣੀ ਤਰ੍ਹਾਂ ਦੀ ਖਲਾਸੀ ਕਰ ਦਿਆਂ ਤੁਹਾਡੀ ਜੇ ਤੁਸੀਂ ਚਾਹਂਦੇ ਹੋ ਅੱਲਾਹ ਤੇ ਉਹਦੇ ਪੈਗੰਬਰ ਨੂੰ ਤੇ ਆਖਰਤ ਦੇ ਘਰ ਨੂੰ ਤਾਂ ਜ਼ਰੂਰ ਅੱਲਾਹ ਨੇ ਤਿਆਰ ਕੀਤਾ ਨੇਕ ਬਖਤਾਂ ਲਈ ਜਿਹੜੀਆਂ ਤੁਸੀਂ ਉਹ ਸਵਾਬ ਬੜਾ ਹੈ ਪਗੰਬਰ ਦੀ ਅਦਵਾਜ ਜਿਹੜੀ ਕਰੇਗੀ ਤੁਸੀਂ ਵਿੱਚੋਂ ਬੇਹਯਾਈ ਦਾ ਕੰਮ ਖੁੱਲਾ ਖੁੱਲਾ ਦੌੜੀ ਪੈ ਗਈ ਉਹਨੂੰ ਮਾਰ ਦੂਣੀ ਤੇ ਇਹ ਕੰਮ ਅੱਲਾਹ ਅੱਗੇ ਸੌਖਾ ਤੇ ਜਿਹੜੀ ਫਰਮਾਨ ਬਰਦਾਰੀ ਕਰੇ ਤੁਸੀਂ ਵਿੱਚੋਂ ਅੱਲਾਹ ਤੇ ਉਹਦੇ ਪੈਗੰਬਰ ਦੀ ਤੇ ਕਰੇ ਨੇਕ ਕੰਮ ਦੇਾਂਗੇ ਅਸੀਂ ਉਹਨੂੰ ਸਵਾਬ ਹੁਦਾ ਦੋਰਾ تے تیار کی تھی اساں دے لئی روزی عزت دے اے پیغمبر دی ازواج تسی نہیں ہو ہمہ شما عورتاں وانگو جے جی ڈردیاں دیاں رہو سو مہین آواز نہ کرو گل کرنے وچ پھر لالچ کرے گا جس دے دل وچ رو گے تے آکھو سیدھی گل دستور دی تے آرام نال باو اپنے کراں وچ تے سنگار نہ بخاندیاں پھرو وانگو نادانی دے ویلے پہلے دے تے درست پڑو نماز تے دیو زکات تے آکھے لگو اللہ تے او دے پیغمبر دے نیرا اے ہو چاند آیا اللہ جو دور کرے تو, تو گندگی اے نبی دے کاروالیوں تے پاک کرے تو آنو خوب پاک کرنا تے یاد کر دیا رو جو پڑیاں جاندیاں نے تو آڈے کرامیچ آیا تھا اللہ دیاں تے حکمت اللہ ضرور ہے پیس جاندہ خبردار بے شک مسلمان تے مسلمانیاں تے ایماندار تے ایماندارنیاں تے بندگی بچ لگے رہن والے تے بندگی بچ لگے رہن والیاں تے سچے تے سچیاں تے محنت سین والے تے محنت سین والیاں تے نیمے رہن والے تے نیمیاں رہن والیاں تے خیرات کرن والے تے خیرات کرن والیاں تے روزے دار تے روزے دارنیاں تے راکھی کرن والے اپنے نگیزاں دی تے راکھی کرن والیاں تے یاد کرن والے اللہ نو بہت تے یاد کرن والیاں ضرور تیار کیتی اللہ نے انہاں دی بخشش تے ثواب بڑا تے کسے ایماندار دا کم نہیں تے نہ کسے ایماندار نہیں دا جد مقرر کر چکے اللہ تے پیغمبر او ایک کام اے جو رہے انہوں دا اختیار خود اپنے کام ویچ تے جڑا بے فرمانی کرے اللہ تے او دے پیغمبر دی سو ضرور راؤں پلا کھلا کھلا پلنا حبیب تے جاد توں آکھن لگوں انہوں جس تے احسان کیتا اللہ نے تے احسان کیتا توں پہ رین دے اپنے کول بیوی اپنی تے ڈر خدا توں تے چھپانا سے توں او دوں اپنے جی وچے جس گالنوں اللہ نے ظاہر کر دینا ہے تے توں ڈرنا ہے لوکان تو تے اللہ دا بدیرہ آکے جو ڈریں تو اس تو फेर ਜਦ ਪੂਰੀ ਕਰ ਚੁੱਕਾ ਜ਼ੈਦ ਉਸ औरत ਤੋਂ ਗਰਜ਼ ਆਪਣੀ ਵਿਆਹ ਦਿੱਤੀ ਅਸਾਂ ਉਹ ਤੈਨੂੰ ਤਾਂ ਨਾ ਰਹੇ ਇਮਾਨਦਾਰਾਂ ਉੱਤੇ ਤੰਗੇ ਆਪਣੇ ਪਾਲਕਾਂ ਦੀਆਂ ਬੀਵੀਆਂ ਵਿਆਹ ਲੈਣ ਵਿੱਚ ਜਦ ਉਹ ਪੂਰੀ ਕਰ ਚੁੱਕਣ ਉਹਨਾਂ ਤੋਂ ਗਰਜ਼ ਆਪਣੀ ਤੇ ਹੈ ਹੁਕਮ ਅੱਲਾ ਦਾ ਕਰਨ ਵਾਲਾ ਨਹੀਂ ਇਹ ਪੈਗੰਬਰ ਉੱਤੇ ਕੁਝ ਤੰਗੀ ਉਸ ਕੰਮ ਦੇ ਕਰਨ ਵਿੱਚ ਜੋ ਠਹਿਰਾ ਦਿੱਤਾ ਉਹਨੂੰ ਅੱਲਾ ਨੇ ਇਹੋ ਦਸਤੂਰ ਰਿਹਾ ਹੈ ਅੱਲਾ ਦਾ ਉਹਨਾਂ ਲੋਕਾਂ ਵਿੱਚ ਜੋ ਗੁਜ਼ਰੇ ਨੇ ਅੱਗੇ ਤੇ ਹੈ ਹੁਕਮ ਅੱਲਾ ਦਾ ਤਕਦੀਰ ਕਤੇ ਇਹ ਸੁਨਤ ਹੈ ਉਹਨਾਂ ਲਈ ਜਿਹੜੇ ਪਹੁੰਚਾਉਂਦੇ ਨੇ ਪੈਗਾਮ ਅੱਲਾ ਦਾ ਤੇ ਡਰਦੇ ਨੇ ਉਸ ਤੋਂ ਤੇ ਨਹੀਂ ਡਰਦੇ ਕਿਸੇ ਤੋਂ ਸਵਾਲ ਲਾ ਦੇ ਤੇ ਬਤੇਰਾ ਹੈ ਅੱਲਾ ਲੇਖਾ ਲੈਣ ਜੋਗਾ ਲੋਕੋ ਨਹੀਂ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਪਿਓ ਕਿਸੇ ਦਾ ਤੁਹਾਡੇ ਮਰਦਾਂ ਵਿੱਚੋਂ ਪਰ ਪੈਗੰਬਰ ਹੈ ਅੱਲਾ ਦਾ ਤੇ ਖਾਤਮੁਨ ਨਬੀਯਿਨ ਤੇ ਹੈ ਅੱਲਾ ਹਰ ਕਾਸੇ ਦਾ ਜਾਣੂ ਐ ਇਮਾਨਦਾਰੋ ਯਾਦ ਕਰੋ ਅੱਲਾ ਨੂੰ ਬਹੁਤ ਸਾਰਾ ਯਾਦ ਕਰਨਾ ਤੇ ਬੇ ਐਬ ਆਖੋ ਨੂੰ ਵੱਡੇ ਵੇਲੇ ਤੇ ਲੋੜੇ ਵੇਲੇ ਉਹੋ ਹੀ ਏ ਜਿਹੜਾ ਮਿਹਰ ਕਰਦਾ ਤੁਸਾਂ ਉੱਤੇ ਤੇ ਫਰਿਸ਼ਤੇ ਉਹਦੇ ਰਹਿਮਤ ਦੀ ਦੁਆ ਕਰਦੇ ਨੇ ਤਾਂ ਕੱਢੇ ਤੁਹਾਨੂੰ ਹਨੇਰਿਆਂ ਤੋਂ ਚਾਨਣ ਵੱਲ ਤੇ ਹੈ ਇਮਾਨਦਾਰਾਂ ਉੱਤੇ ਮਿਹਰਬਾਨ ਦੁਆ ਉਹਨਾਂ ਦੀ ਸਲਾਮ ਹੈ ਜਿਸ ਦਿਨ ਮਿਲਣਗੇ ਉਹਨੂੰ ਤੇ ਤਿਆਰ ਕੀਤਾ ਸੂ ਉਹਨਾਂ ਲਈ ਸਵਾਬ ਸੋਹਣਾ ਐ ਪੈਗੰਬਰ ਅਸਾਂ ਭੇਜਿਆ ਤੈਨੂੰ ਗਵਾਹੀ ਦੇਣ ਵਾਲਾ ਤੇ ਖੁਸ਼ਖਬਰੀ ਦੇਣ ਵਾਲਾ ਤੇ ਡਰਾਉਣ ਵਾਲਾ ਤੇ ਸਦਣੇ ਵਾਲਾ ਅੱਲਾਹ ਵੱਲ ਉਹਦੇ ਹੁਕਮ ਨਾਲ ਤੇ ਦੀਵਾ ਚਮਕਦਾ ਬਣਾ ਕੇ ਤੇ ਖੁਸ਼ਖਬਰੀ ਦੇ ਇਮਾਨਦਾਰਾਂ ਨੂੰ ਭਾਈ ਉਹਨਾਂ ਲਈ ਅੱਲਾ ਵੱਲੋਂ ਬਜ਼ੁਰਗੀ ਏ ਬੜੀ ਤੇ ਹਰ ਗਿਜੇ ਨਾ ਆਖੇ ਲਗ ਬੇਈਮਾਨਾ ਤੇ ਮੁਨਾਫਕਾਂ ਦੇ ਤੇ ਪਰਵਾਹ ਨਾ ਕਰ ਉਹਨਾਂ ਦੇ ਸਤਾਣੇ ਦੀ ਤੇ ਭਰੋਸਾ ਕਰ ਅੱਲਾ ਉਤੇ ਤੇ ਬਤੇਰਾ ਅੱਲਾ ਕੰਮ ਬਣਾਉਣ ਜੋਗਾ ਐ ਇਮਾਨਦਾਰੋ ਜਦ ਨਕਾ ਕੀਤੋ ਜੇ ਇਮਾਨਦਾਰਨੀਆਂ ਨਾਲ ਫਿਰ ਛੱਡ ਦਿੱਤੋ ਜੇ ਉਹਨਾਂ ਨੂੰ ਪਹਿਲੇ ਇਸ ਦੇ ਜੋ ਹੱਥ ਲਾਓ ਉਹਨਾਂ ਨੂੰ ਨਹੀਂ ਤੁਸਾਂ ਦਾ ਉਹਨਾਂ ਉੱਤੇ ਹੱਕ ਇੱਦਤ ਦਾ ਜਿਸ ਨੂੰ ਪੂਰਾ ਕਰਵਾਓ ਸੋਤ ਰੀਵਰ ਦਿਓ ਉਹਨਾਂ ਨੂੰ ਤੇ ਛੱਡ ਦਿਓ ਉਹਨਾਂ ਨੂੰ ਸੋਹਣੀ ਤਰ੍ਹਾਂ ਛੱਡਣਾ ਐ ਪਗੰਬਰ ਅਸਾਂ ਹਲਾਲ ਰੱਖਿਆ ਨੇ ਤੇਰੇ ਲਈ ਉਹ ਔਰਤਾਂ ਤੇਰੀਆਂ ਜਿਨ੍ਹਾਂ ਨੂੰ ਦੇ ਚੁੱਕਾ ਹੈ ਮਾਰ ਉਹਨਾਂ ਦੇ ਤੇ ਜਿਨ੍ਹਾਂ ਦਾ ਮਾਲਕ ਹੋਇਆ ਹੱਥ ਤੇਰਾ ਉਹਨਾਂ ਵਿੱਚੋਂ ਜੜੀਆਂ ਲਿਆਂਦੀਆਂ ਅੱਲਾ ਨੇ ਤੇਰੇ ਵੱਲ ਤੇ ਤੀਆਂ ਤੇਰੇ ਚਾਚੇ ਦੀਆਂ ਤੇ ਤੀਆਂ ਤੇਰੀ ਫੁੱਫੀ ਦੀਆਂ ਤੇ ਤੀਆਂ ਤੇਰੇ ਮਾਮੇ ਦੀਆਂ ਤੇ ਧੀਆ ਤੇਰੀ ਮਾਸੀ ਦੀਆਂ ਜਿਨ੍ਹਾਂ ਵਤਨ ਛੱਡਿਆ ਨਾਲ ਤੇਰੇ ਤੇ ਹਲਾਲ ਕੀਤੀ ਔਰਤ ਇਮਾਨਦਾਰਨੀ ਜਿਹੜੀ ਬਖਸ਼ੇ ਜਾਨ ਆਪਣੀ ਪੈਗੰਬਰ ਨੂੰ ਜੇ ਚਾਹੇ ਪੈਗੰਬਰ ਪਈ ਨਕਾਹ ਕਰ ਲੈ ਉਹਨੂੰ ਇਹ ਨਹੀਂ ਰੀ ਤੇਰੇ ਲਈ ਰਹਾ ਤੇ ਸਵਾ ਹੋਰ ਇਮਾਨਦਾਰਾਂ ਦੇ ਅਸੀਂ ਜਾਣਨੇ ਆ ਜੋ ਠਹਿਰਾ ਦਿੱਤਾ ਐ ਸਾ ਆਮ ਮੌਮਨਾ ਉਤੇ ਉਹਨਾਂ ਦੀਆਂ ਬੀਵੀਆਂ ਦੇ ਹੱਕ ਵਿੱਚ ਤੇ ਉਹਨਾਂ ਦੇ ਹੱਥਾਂ ਦੇ ਮਾਲ ਦੇ ਹੱਕ ਵਿੱਚ ਤੇ ਤੁਹਾਨੂੰ ਇਹ ਹਬੀਬ ਇਸ ਖਾਤਰ ਮੁਸਤਸਨਾ ਕੀਤਾ ਹੈ ਤਾਂ ਨਾ ਰਹੇ ਤੇਰੇ ਉੱਤੇ ਤੰਗੀ ਤੇ ਹੈ ਅੱਲਾ ਬਖਸ਼ਣਹਾਰ ਮਿਹਰਬਾਨ ਹਬੀਬ ਤੈਨੂੰ ਇਖਤਿਆਰ ਏ ਪਛੇਰੇ ਰੱਖੇ ਤੂੰ ਜੜੀ ਨੂੰ ਚਾਹੇ ਉਹਨਾਂ ਵਿੱਚੋਂ ਤੇ ਜਗਾ ਦੇ ਤੂੰ ਆਪਣੇ ਕੋਲ ਜੜੀ ਨੂੰ ਚਾਹੇ ਤੇ ਜੜੀ ਨੂੰ ਤੇਰਾ ਜੀ ਚਾਹੇ ਉਹਨਾਂ ਵਿੱਚੋਂ ਜੜੀਆਂ ਨੂੰ ਤੂੰ ਕਿਨਾਰੇ ਕਰ ਦਿੱਤਾ ਸੀ ਤਾਂ ਨਹੀਂ ਕੋਈ ਗੁਨਾਹ ਤੇਰੇ ਸਿਰ ਇਹ ਹੁਕਮ ਹੈ ਵਜ਼ੀਰਾ ਨੇੜੇ ਇਸ ਦੇ ਜੋ ਠੰਡੀਆਂ ਰਹਿਣ ਅੱਖੀਆਂ ਉਹਨਾਂ ਦੀਆਂ ਤੇ ਨਾ ਚੁਰਨ ਤੇ ਰਾਜ਼ੀ ਰਹਿਣ ਉਤਨੇ ਉੱਤੇ ਜੋ ਦਿੱਤਾ ਤੂੰ ਉਹਨਾਂ ਸਾਰਿਆਂ ਨੂੰ ਤੇ ਅੱਲਾ ਜਾਣਦਾ ਹੈ ਜੋ ਤੁਹਾਡੇ ਦਿਲਾਂ ਵਿੱਚ ਹੈ ਤੇ ਹੈ ਅੱਲਾ ਸਭ ਕੁਝ ਜਾਣਦਾ ਤਹਾਮਲ ਵਾਲਾ ਨਹੀਂ ਹਲਾਲ ਨੇ ਤੈਨੂੰ ਔਰਤਾਂ ਇਹ ਦੂ ਪਿੱਛੇ ਤੇ ਨਾ ਇਹ ਜੋ ਬਦਲ ਲੈ ਤੂੰ ਇਹਨਾਂ ਨਾਲ ਹੋਰ ਔਰਤਾਂ ਭਾਵੇਂ ਜੇਕਰ ਖੁਸ਼ ਕਰੇ ਤੈਨੂੰ ਹੁਸਨ ਉਹਨਾਂ ਦਾ ਪਰ ਜਿਸ ਦਾ ਮਾਲਕ ਹੋ ਗਿਆ ਹੱਥ ਤੇਰਾ ਤੇ ਹੈ ਅੱਲਾ ਹਰ ਕਾਸੇ ਉੱਤੇ ਨਿਗਹਿਬਾਨ ਐ ਇਮਾਨਦਾਰੋ ਨਵੜੋ ਪੈਗੰਬਰ ਦੇ ਕਰੀ ਪਰ ਜੋ ਇਜਾਜ਼ਤ ਮਿਲੇ ਤੁਹਾਨੂੰ ਰੋਟੀ ਖਾਣ ਵਾਸਤੇ ਨਾ ਉਡੀਕੋ ਉਸਦੇ ਪਕਣੇ ਦਾ ਵਕਤ ਪਰ ਜਦ ਸਦੇ ਜਾਓ ਤਦ ਜ਼ਰੂਰ ਜਾਓ ਫਿਰ ਜਦ ਖਾ ਚੁਕੋ ਤਦ ਖਿੱਲਰ ਜਾਓ ਤੇ ਬੈਠੇ ਨਾ ਰਹੋ ਦਿਲ ਲਗਾ ਕੇ ਗੱਲਾਂ ਵਿੱਚ ਇਹ ਕੰਮ ਜ਼ਰੂਰ ਰੱਜ ਪਹੁੰਚਦਾ ਹੈ ਸਾਡੇ ਪੈਗੰਬਰ ਨੂੰ ਫਿਰ ਉਹ ਸੰਗਦਾ ਸੀ ਤੁਸਾਂ ਤੋਂ ਤੇ ਅੱਲਾਹ ਨਹੀਂ ਸੰਗਦਾ ਸੱਚੀ ਗੱਲਾਂ ਤੇ ਜਦ ਮੰਗੋ ਉਹਨਾਂ ਦੀਆਂ ਬੀਵੀਆਂ ਤੋਂ ਲੋੜ ਦੀ ਚੀਜ਼ ਤਦ ਮੰਗੋ ਉਹਨਾਂ ਤੋਂ ਪਰਦੇ ਦੇ ਪਿੱਛੋਂ ਇਹ ਕੰਮ ਜੇ ਖੂਬ ਸਫਾਈ ਵਾਲਾ ਤੁਹਾਡੇ ਦਿਲਾਂ ਲਈ ਤੇ ਉਹਨਾਂ ਦੇ ਦਿਲਾਂ ਲਈ ਤੇ ਰਵਾ ਨਹੀਂ ਹੈ ਤੁਹਾਨੂੰ ਇਹ ਜੋ ਰੰਜ ਪਚਾਓ ਅੱਲਾ ਦੇ ਪੈਗੰਬਰ ਨੂੰ ਤੇ ਨਾ ਇਹ ਜੋ ਨਕਾ ਕਰ ਲੋ ਬੀਵੀਆਂ ਉਹਦੀਆਂ ਨੂੰ ਪਿੱਛੇ ਉਹਦੇ ਕਦੇ ਇਹ ਜ਼ਰੂਰ ਹੈ ਜੇ ਅੱਲਾ ਦੇ ਨਜ਼ਦੀਕ بڑا ਗੁਨਾਹ ਜੇ ਤੁਸੀਂ ਜ਼ਾਹਿਰ ਕਰੋ ਕੋਈ ਚੀਜ਼ ਜਾਂ ਉਹ چھਪਾਓ ਸੋ ਅੱਲਾ ਜ਼ਰੂਰ ਹਰ ਕਾਸੇ ਦਾ ਜਾਣੂ ਹੈ ਤੇ ਨਹੀਂ ਕੁਝ ਗੁਨਾਹ ਔਰਤਾਂ ਦੇ ਸਿਰ ਪਰਦਾ ਨਾ ਕਰਨ ਵਿੱਚ ਆਪਣੇ ਪਿਓਾਂ ਤੋਂ ਨਾ ਆਪਣੇ ਪੁੱਤਰਾਂ ਤੋਂ ਤੇ ਨਾ ਆਪਣੇ ਭਰਾਵਾਂ ਤੋਂ تے نہ اپنے بھراواں دے پتراں تو تے نہ اپنی بہناں دے پتراں تو تے نہ اپنی عورتاں تو تے نہ اپنے ہتھاں دے مال غلاماں تو تے بچ دیاں رہو اللہ تو اللہ دے ضرور سامنے ہے ہر چیز اللہ تے او دے فرشتے ضرور رحمت بھیج دے نے پیغمبر تے اے ایماندارو رحمت بھیجو ستے تے سلام آکھو سونا سلام آکھنا جڑے ستان دے نہیں اللہ تے او دے پیغمبر نو ضرور پھٹکاریا انہاں نو اللہ نے دنیا تے اخرت وچ ਤੇ ਤਿਆਰ ਕੀਤਾ ਉਹਨਾਂ ਲਈ ਅਜ਼ਾਬ ਖਵਾਰ ਕਰਨ ਵਾਲਾ ਤੇ ਜਿਹੜੇ ਸਤਾਨਦੇ ਨੇ ਇਮਾਨਦਾਰਾਂ ਤੇ ਇਮਾਨਦਾਰਨੀਆਂ ਨੂੰ ਬਿਨ ਕਿਸੇ ਗੁਨਾਹ ਦੇ ਜੋ ਕੀਤਾ ਹੋਣਾ ਸੋ ਉਹਨਾਂ ਚੁੱਕਿਆ ਹੈ ਭਾਰ ਤੋਂ ਵੱਧ ਦਾ ਤੇ ਜ਼ਾਹਿਰ ਗੁਨਾਹ ਦਾ ਐ ਹਬੀਬ ਆਖਦੇ ਆਪਣੀਆਂ ਬੀਵੀਆਂ ਨੂੰ ਤੇ ਆਪਣੀਆਂ ਧੀਆਂ ਨੂੰ ਤੇ ਇਮਾਨਦਾਰਾਂ ਦੀਆਂ ਔਰਤਾਂ ਨੂੰ ਲਮਕਾ ਲੈਣ ਆਪਣੇ ਮੂੰਹਾਂ ਉੱਤੇ ਕੁਝ ਚਾਦਰਾਂ ਆਪਣੀਆਂ ਇਹ ਹੈ ਵਦੇੜਾ ਨੇੜੇ ਇਸ ਦੇ ਜੋ ਪਛਾਤੀਆਂ ਜਾਣ ਫਿਰ ਕੋਈ ਨਾ ਸਤਾਨੇ ਤੇ ਹੈ ਅੱਲਾ ਬਖਸ਼ਨਾਰ ਮਿਹਰਬਾਨ ਜੇ ਵਰਜੇ ਨਾ ਰਹਿਣਗੇ ਮੁਨਾਫਿਕ ਤੇ ਜਿਨ੍ਹਾਂ ਦੇ ਦਿਲਾਂ ਵਿੱਚ ਰੋਗ ਹੈ ਤੇ ਝੂਠ ਤੁਮਾਣੇ ਵਾਲੇ ਸ਼ਹਿਰ ਵਿੱਚ ਤਾਂ ਅਸੀਂ ਮਗਰ ਪਾ ਦੇਾਂਗੇ ਤੈਨੂੰ ਉਹਨਾਂ ਦੇ ਫੇਰ ਰਹਿਣਾ ਨਾ ਪਾਣਗੇ ਤੇਰੇ ਕੋਲ ਇਸ ਸ਼ਹਿਰ ਵਿੱਚ ਪਰ ਥੋੜਾ ਫਟਕਾਰੇ ਹੋਏ ਜਿੱਥੇ ਨਜ਼ਰ ਪੈਣ ਫੜੇ ਜਾਣ ਤੇ ਮਾਰੇ ਜਾਣ ਵੱਡ-ਵੱਡ ਕੇ ਇਹ ਦਸਤੂਰ ਵੱਧਾ ਹੋਇਆ ਅੱਲਾ ਦਾ ਉਹਨਾਂ ਵਿੱਚ ਜਿਹੜੇ ਗੁਜ਼ਰ ਗਏ ਨੇ ਪਹਿਲੇ ਤੇ ਹਰ ਕਿਸੇ ਨਾ ਦੇਖੇਗਾ ਅੱਲਾ ਦੇ ਦਸਤੂਰ ਦਾ ਬਦਲ ਨਾ ਉਛਦੇ ਨੇ ਤੈਨੂੰ ਲੋਕ ਕਿਆਮਤ ਦਾ ਹਾਲ ਤੂੰ ਆਖ ਉਹਦੀ ਖਬਰ ਹੈ ਨਿਹਰੀ ਅੱਲਾ ਕੋਲ ਤੇ ਕਿਨੇ ਦੱਸਿਆ ਤੈਨੂੰ ਸ਼ਾਇਦ ਕਿਆਮਤ ਹੋਵੇ ਨੇੜੇ ਅੱਲਾ ਨੇ ਜ਼ਰੂਰ ਫਟਕਾਰਿਆ ਬੇਈਮਾਨਾਂ ਨੂੰ ਤੇ ਤਿਆਰ ਕੀਤੀ ਉਹਨਾਂ ਲਈ ਬਲਦੀ ਅੱਗ ਸਦਾ ਰਹਿਣਗੇ ਉੱਥੇ ਸਾਰੀ ਉਮਰਾਂ ਨਾ ਲੱਭੇਗਾ ਕੋਈ ਹਮਾਇਤੀ ਤੇ ਨਾ ਮਦਦਗਾਰ ਜਿਸ ਦਿਨ ਉਥੱਲੇ ਜਾਣਗੇ ਮੂੰਹ ਉਹਨਾਂ ਦੇ ਅੱਗ ਵਿੱਚ ਆਖਣਗੇ ਹੈ ਸਾਡੀ ਇਹ ਮੰਦੀਏ ਅਸਾਂ ਕਾਸ਼ ਹੁਕਮ ਮੰਨਿਆ ਹੁੰਦਾ ਅੱਲਾ ਦਾ ਤੇ ਆਖੇ ਲੱਗੇ ਹੁੰਦੇ ਪੈਗੰਬਰ ਦੇ ਤੇ ਆਖਣਗੇ ਸਾਡੇ ਰੱਬਾ ਅਸਾਂ ਆਖਿਆ ਮੰਨ ਲਿਆ ਆਪਣੇ ਸਰਦਾਰਾਂ ਦਾ ਤੇ ਆਪਣੇ ਵੱਡਿਆਂ ਦਾ ਫੇਰ ਭੁਲਾ ਦਿੱਤੋ ਨੀ ਸਾਨੂੰ ਰਹਾਉ ਸਾਡੇ ਰੱਬਾ ਦੇ ਉਹਨਾਂ ਨੂੰ ਦੁਨਾਹ ਅਜ਼ਾਬ ਤੇ ਲਾਣਤ ਪਾਓ ਉਹਤੇ ਬੜੀ ਲਾਣਤ ਐ ਇਮਾਨਦਾਰੋ ਨਾ ਹੋਵੋ ਉਹਨਾਂ ਵਾਂਗੂ ਜਿਨ੍ਹਾਂ ਸਤਾਇਆ موسی ਨੂੰ ਫੇਰ ਜ਼ਾਹਿਰ ਕਰ ਦਿੱਤਾ ਬੇਇੱਬ ਹੋਣਾ ਉਹਦਾ ਅੱਲਾ ਨੇ ਉਸ ਗੱਲੋਂ ਜੋ ਆਖਿਓ ਨੇ ਤੇ ਹੈ ਸੀ ਅੱਲਾ ਕੋਲ ਇੱਜ਼ਤ ਵਾਲਾ ਐ ਇਮਾਨਦਾਰੋ ਬਚੋ ਅੱਲਾ ਤੋਂ ਤੇ ਆਖੋ ਗੱਲ ਸਿੱਧੀ سوار دے گا تو آنو کام تو آدے تے بخشے گا تو آنو گناہ تو آدے تے جڑا آکھے لگے گا اللہ تے او دے پیغمبر دے سو او اس نے پائی بڑی مراد اساں بخائی امانت آسمانہ تے زمین تے پاڑا نو پھر قبول نہ کی تو نے جو چکن اس نو تے ڈر گئے اس تو تے چک لیا اس نو آدمی نے ضرور ہوئے ظالم نادان تاں عذاب کرے اللہ منافقان تے منافقنیاں نو تے شرک کرنوالیاں تے شرک کرنوالیاں نو ਤੇ ਮਾਫ ਕਰੇ ਅੱਲਾ ਇਮਾਨਦਾਰਾਂ ਤੇ ਇਮਾਨਦਾਰਨੀਆਂ ਨੂੰ ਤੇ ਹੈ ਅੱਲਾ ਬਖਸ਼ਣਹਾਰ ਮਿਹਰਬਾਨ